अच्छा वकार भाई बहुत सारे यूथ अभी जो हमारी ऐप नई नस्ल जल्दी से इस ऐप की तरफ जा रही है टिकटॉक की तरफ और मैं हर आने वाले जितने भी टिकटॉक स्टार्स मेरे शो में आते हैं मैं ज़रूर ये बात उनसे पूछता हूँ कि लोग बच्चे जो है वो इसको बड़ा आसान एक शॉर्टकट देखते हैं कि जी यार टिकटॉक स्टार बन जाएंगे तो फेम भी मिल जाएगा पैसा भी मिल जाएगा हर एक चीज़ हो जाएगी तो पढ़ने की क्या ज़रूरत है क्या करेंगे क्या कहेंगे इस हवाले से भाई एक अलग सा रेंजी है ਮੇਰੇ ਕੋਲ ਅਕਸਰ ਬੱਚੇ ਆਉਂਦੇ ਨੇ ਨਾਲ ਉਹਨਾਂ ਦੇ ਮਾਪਿਓਂ ਆਉਂਦੇ ਨੇ ਆ ਕੇ ਮੈਨੂੰ ਇੱਕੋ ਗੱਲ ਕਹਣਗੇ ਯਾਰ ਸਾਡਾ ਪੁੱਤਰ ਨਾ ਪੜ੍ਹਾਈ ਚੋਂ ਲੈ ਕੇ ਅਸੀਂ ਵੀ ਕਹਿੰਦੇ ਆ ਤੇਰੇ ਵਰਗਾ ਹੀ ਬਣ ਜਾਏ ਅੱਛਾ ਤੇ ਮੈਂ ਆਖੋ ਕਹਿੰਦਾ ਲੈ ਦੋ ਇਹਨੂੰ ਮੱਜਾ-ਮੁੱਜਾ ਪਾਏ ਪੱਠੇ ਮੇਰੇ ਵਰਗਾ ਬੰਦਾ ਤੇ ਨਹੀਂ ਨਹੀਂ ਇਹਨੂੰ ਲੋਕ ਜਾਣਨ ਜੇ ਚਾਚਾ ਨਾਲ ਪੜਦਾ ਨਹੀਂ ਹਾਂ ਚਲੋ ਚਾਚਾ ਨਾਲ ਟਿਕਟੋਕ ਹੀ ਬਣਾ ਲੈ ਜੇ ਇਹਨੂੰ ਕੋਈ ਟ੍ਰਿਕ-ਟਰਕ ਦੱਸ ਦੇ ਇਹ ਵੀ ਫੇਮਸ ਹੋ ਜਾਏ ਅੱਛਾ ਫਿਰ ਕੀ ਕਹਿੰਦੇ ਆ ਉਹਨੂੰ ਤੇ ਮੈਂ ਕਹਿੰਦਾ ਮੇਰੇ ਚਾਰ-ਪੰਜ ਚਾਚੇ ਦੇ ਮੁੰਡੇ ਨੇ ਚਾਰ ਭਰਾ ਸੀ ਆ ਇਹਦੇ ਟ੍ਰਿਕਾਂ ਨਾਲ ਬੰਦਾ ਇੰਜ ਹੁੰਦਾ ਹੁੰਦਾ ਤੇ ਸਾਰੇ ਸਟਾਰ ਹੁੰਦੇ ਅਸੀਂ ਮੱਜਾ-ਮੱਜਾ ਵੇਚ ਕੇ ਸ਼ਹਿਰੋਂ ਨਾ ਚਲੇ ਜਾਂਦੇ ਹਾਂ ਅੱਛਾ ਇਹ ਸੀ ਵੀ ਇਹ ਹੀ ਬਾਤ ਹੈ ਮੈਂ ਪੁੱਛ ਰਿਹਾ ਕਿ ਹਾਂ ਮੈਂ ਉਹ ਹੀ ਮੈਂ ਪੁਆਇੰਟ ਤੇ ਆ ਰਿਹਾ ਅਸੀਂ ਲੋਕ ਹੁਣ ਤੁਸੀਂ ਇਹ ਮੈਨੂੰ ਦੱਸੋ 4-5 ਸਾਲ ਹੋ ਗਏ ਟਿਕਟੋਕ ਤੋਂ ਹਾਂ ਕੋਈ ਚੰਦ ਬੰਦੇ ਹੋਣੇ ਨੇ ਜਿਹੜੇ ਫਿਲਮ ਇੰਡਸਟਰੀ ਵੱਲ ਗਏ ਉਹਨਾਂ ਨੇ ਹਾਂ ਬਿਲਕੁਕੁਲ ਹੋਰ ਬੰਦੇ ਕੀ ਕਰਦੇ ਨੇ ਸਾਰੇ ਵੇਲੇ ਹੀ ਫਿਰਦੇ ਨੇ ਹੂੰ ਹੂੰ ਉਹਨਾਂ ਵਿੱਚੋਂ ਕੋਈ ਦੇਖਿਆ ਕਿ ਤੁਸੀਂ ਕੋਈ ਸੁਪਰਸਟਾਰ ਬਣ ਗਿਆ ਇਹ ਕਿਤੇ ਡਰਾਮਿਆ ਚ ਕੰਮ ਕਰ ਰਿਹਾ ਕੰਮ ਕਰ ਵੀ ਰਹੇ ਨੇ ਗਰੀਬ ਆਪਣਾ ਹਾਰਡਵਰਕ ਕਰ ਰਹੇ ਨੇ ਸਟਰਗਲ ਲਾਈਫ ਹੈ ਹਾਂ ਸਟਰਗਲ ਇੰਡਸਟਰੀ ਵਾਲੇ ਬੰਦੇ ਸਾਨੂੰ ਮੇਰੇ ਦੂਸਰਿਆਂ ਦਾ ਤੇ ਮੈਨੂੰ ਪਤਾ ਨਹੀਂ ਉਹਨਾਂ ਨੂੰ ਅੱਛੀ ਸਮਝਦੇ ਹੋਣਗੇ ਮੇਰੇ ਵਰਗੇ ਬੰਦਿਆਂ ਨੂੰ ਹਲੇ ਤੱਕ ਵੀ ਇਹ ਸਮਝਦੇ ਨੇ ਜਾਹਲ ਹੂੰ ਹੂੰ ਕਿਉਂਕਿ ਅਸੀਂ ਇੱਕ ਪਿੰਡ ਜੋ ਬਿਲੋਂਗ ਕਰਦੇ ਆ ਮੈਂ ਇੱਥੇ ਗੱਲ ਵਾਜ਼ੀਆ ਕਹਿਣਾ ਚਾਹਨਾ ਚੇ ਅਸੀਂ ਪੰਜਾਬੀ ਬੋਲਦੇ ਆ ਸਾਡੀ ਮਾਂ ਬੋਲੀ ਦਾ ਮਤਲਬ ਇਹ ਤੇ ਨਹੀਂ ਅਸੀਂ ਪਿੰਡੂ ਆ ਜਾਹਲ ਸਹੀ 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 ਸਾਡੀ ਮਾਂ ਬੋਲੀ ਪਿੰਡੂ ਹੋਣਾ ਕੋਈ ਬੁਰੀ ਬਾਤ ਵੀ ਨਹੀਂ ਹੈ ਮੈਂ ਵੈਸੇ ਕਿ ਗੱਲ ਕਰਦਾ ਪਿਆ ਸਾਨੂੰ ਹੱਸ ਕੇ ਲੋਕ ਕਹਿ ਦਿੰਦੇ ਨਾ ਆਪ ਦੇਖੇ ਨਾ ਏਸੀ ਵਜ੍ਹਾ ਸੇ ਫੇਮਸ ਹੈ ਅੱਜ ਆਪ ਲੋਕੋ ਆਪਕੇ ਇਤਨੀ ਫੈਨ ਫਾਲੋਇੰਗ ਹੈ ਔਰ ਮੈਂ ਸਮਝਤਾ ਹੂੰ ਕਿ ਉਹ ਜੋ ਲਾਈਫ ਹੈ ਅਗਰ ਮੈਂ ਕਹਾਂ ਮੈਂ ਵੀ ਪਿੰਡੂ ਹੂੰ ਕਿਉਂਕਿ ਮੈਂ ਵੀ ਪਿੱਛੇ ਸੇ گاਉਂ ਸੇ ਹੀ ਤੱਲਕ ਹੈ ਤਾਂ ਉਹ ਜੋ ਲਾਈਫ ਹੈ ਉਸਕੀ ਤਾਂ ਆਪਣੀ ਹੀ ਬਾਤ ਹੈ ਮਤਲਬ ਉਹ ਸਾਨੂੰ ਉਹਨਾਂ ਬੰਦਿਆਂ ਦਾ ਗੁੱਸਾ ਨਹੀਂ ਜਿਹੜੇ ਸਾਨੂੰ ਇੰਜ ਕਹਿੰਦੇ ਨੇ ਕਿਉਂਕਿ ਉਹ ਆਪ ਹੀ ਗਰੀਬ ਨਵੇਂ ਨਵੇਂ ਪਿੰਡ ਚੋਂ ਸ਼ਹਿਰ ਗਏ ਨੇ ਨਾ ਸਹੀ ਹੈ ਐਸਾ ਹੀ ਹੈ ਜਿਹੜਾ ਬੰਦਾ ਇੱਕ ਸ਼ਾਇਰੀ ਉਹਨੂੰ ਤੇ ਪਿੰਡ ਨਾਲ ਪਿਆਰ ਹੀ ਬਹੁਤ ਹੁੰਦਾ ਹਮ ਜਿਹੜਾ ਪੁਰਾਣਾ ਹੈ ਸ਼ੁਰੂ ਚ ਜੰਮੇ ਸ਼ਹਿਰ ਚ ਬਿਲਕੁਲ ਬਿਲਕੁਲ ਉਹ ਤੁਹਾਡੇ ਉਹ ਪਿੰਡ ਦੀਆਂ ਗੱਲਾਂ ਸੁਨੇਗਾ ਤੇ ਪੁੱਛੇਗਾ ਕਿ ਕਾ ਫਿਰੰਡ ਤੇ ਕਹੇਗਾ ਯਾਰ ਮੈਂ ਤੁਹਾਡੇ ਨਾਲ ਵਿਜ਼ਿਟ ਕਰਨਾ ਫਿਰਨ ਜਾਣਾ ਹਮ ਬਹੁਤ ਦਫਾ ਐਸਾ ਹੁੰਦਾ ਕਿ ਆ ਕੇ ਲੋਕ گاؤں ਮੇ ਜਾ ਕੇ ਉਹ ਕਹਿੰਦੇ ਆ ਯਾਰ ਇਹ ਤੋਂ ਮੋਜਾਂ ਕਰਦੇ ਨੇ ਹਾਂ ਤੇ ਜਿਹੜਾ ਨਵਾਂ ਨਵਾਂ ਪਿੰਡੋਂ ਸ਼ਹਿਰ ਜਾਂਦਾ ਫਿਰ ਉਹ ਸਾਨੂੰ ਜਾ ਕੇ 2 ਸਾਲ ਬਾਅਦ ਪਿੰਡ ਦੱਸਣ ਲੱਗ ਪੈਂਦਾ ਅੱਛਾ ਵਕਾਰ ਭਾਈ ਇਸ ਐਪ ਕੀ وجہ سے ਆਪਕੋ ਇਤਨੇ ਮਾਸ਼ਾ ਅੱਲਾ फ़ैन फॉलोइंग है आपको इतना फेम मिला आपने बहुत सारे लोगों को देखा बहुत जगह पे भी गए हैं शहरों में भी गए हैं हर जगह पे मैं आपको देखता हूँ तो क्या डिफरेंस नज़र आता है शहर की इस रंगीन रंगीनियों में और एक गाँव की वो ठंडी हवा में आ, मैं भाई थोड़ा सा मैनू बहुत खुशी महसूस होंगी जो लोग मैं जानते हैं मल्ला बाग की ज़्यादा शुक्र अदा कि दा कि यू इन्न जोगा करता कि लोग देख के कहें देखो देख ਮੋਟਰਸਾਈਕਲ ਕੋਈ ਪਿੱਛੇ ਲਾ ਰਿਆ ਕੋਈ ਹੱਥ ਜਿੱਥੋਂ ਚੀਜ਼ ਲੈਣਗੇ ਉੱਥੇ ਹੱਥ ਦੇ ਰਿਆ ਬਾਈ ਯਾਰ ਫੋਟੋ ਬਣਾਨੀ ਹੈ ਪਰ ਸ਼ਹਿਰ ਵਿੱਚ ਇਧਿਆਨਾ ਵਾ ਸਕੂਨ ਜੈ ਨਹੀਂ ਹੁੰਦਾ ਕਿਉਂਕਿ ਬਾਹਰ ਫਿਰਨ ਮੈਂ ਕਿੱਥੇ ਜਾ ਸਕਦਾ ਵਾ ਇੱਥੇ ਸਹੀ ਇੱਕ ਕਮਰੇ ਚ ਬੰਦ ਰਹਿਣਾ ਉੱਥੋਂ ਉੱਥੇ ਤੇ ਦੇਰੇ ਤੇ ਉੱਥੇ ਚਲਾ ਜਾਣਾ ਉੱਥੇ ਵਰਗੀ ਮੌਜ ਨਹੀਂ ਆ ਸਕੂਨ ਲਾਈਫ ਕੋਈ ਤੁਹਾਨੂੰ ਪੁੱਛਣ ਗਿਛਣ ਵਾਲਾ ਨਹੀਂ ਆ ਇੱਥੇ ਜਿਹੜੇ ਬੰਦੇ ਸ਼ਹਿਰ 'ਚ ਰਹਿੰਦੇ ਨੇ ਉਹਨਾਂ ਨੂੰ ਸ਼ਹਿਰ ਵਧੀਆ ਲੱਗਦਾ ਕਿਉਂਕਿ ਉਹ ਬਾਹਰ ਫਿਰਦੇ ਟੁਰਦੇ ਨੇ ਆਂਦੇ ਜਾਂਦੇ ਨੇ ਸਹੀ ਲੇਕਿਨ ਬਹੁਤ ਸਾਰੇ ਐਸੇ ਹੁੰਦੇ ਕਿ ਜੋ ਪਿੰਡ ਕੇ ਰਹਿਣ ਵਾਲੇ ਲੋਕ ਹੁੰਦੇ ਨੇ ਉਹਨਾਂ ਦੀ ਵੀ ਖਾਹਿਸ਼ ਹੁੰਦੀ ਆਰ ਮੈਂ ਸ਼ਹਿਰ ਜਾਵਾਂ ਵਾਹਾਂ ਪੇ ਇਹ ਸਾਰੀ ਚੀਜ਼ ਦਿਲ ਕਰਦਾ ਨਾ ਜਦੋਂ ਅਸੀਂ ਨਵੇਂ ਨਵੇਂ ਸ਼ਹਿਰਾਂ ਨੂੰ ਟੁਰਦੇ ਆ ਉਦੋਂ ਸਾਡਾ ਬੜਾ ਦਿਲ ਕਰਦਾ ਹਾਂ ਪਰ ਜਦੋਂ ਸਾਲ ਤੋਂ ਲੰਘ ਜਾਂਦਾ ਫਿਰ ਅਸੀਂ ਕਹਿੰਦੇ ਸਾਡਾ ਪਿੰਡ ਹੀ ਚਾਹੀਦਾ ਹਾਂ ਹਾਂ ਬਿਲਕੁਲ ਬਿਲਕੁਲ ਬਲਕਿ ਬਹੁਤ ਸਾਰੇ ਲੋਕੋ ਤੋਂ ਅਸੀਂ ਦੇਖਦੇ ਹਾਂ ਜੋ ਬਾਹਰ ਕੇ ਮਾਮਲਕਾਂ ਵਿੱਚ ਬੈਠੇ ਹੋ ਉਹ ਵੀ ਆਪਣੇ گاؤں ਕੋ ਉਸ ਤਰ੍ਹਾਂ ਸੇ ਬਾਤ ਕਰ ਰਹੇ ਹੁੰਦੇ ਕਿ ਯਾਰ ਸਾਡੇ ਲੋਕਾਂ ਚ ਸਭ ਤੋਂ ਵੱਡੀ ਖਾਮੀ ਹੈ ਇਹ ਕਿ ਜਦੋਂ ਸਾਡੇ ਕੋਲ ਥੋੜਾ ਜਿਹਾ ਪੈਸਾ ਆਂਦਾ ਸਾਨੂੰ ਥੋੜੇ ਬੰਦੇ ਜਾਣਨ ਲੱਗ ਪੈਂਦੇ ਨੇ ਅਸੀਂ ਆਪਣਾ ਪਿੰਡ ਛੱਡ ਜਾਂਦੇ ਆਪਣੀਆਂ ਗਲੀਆਂ ਛੱਡ ਜਾਂਦੇ ਹਮ ਜਾਣਨ ਵਾਲੇ ਲੋਕ ਹੁੰਦੇ ਨੇ ਉਹ ਛੱਡ ਜਾਂਦੇ ਆ ਜਾਗਟ ਹੋਣਾ ਚ ਰਹਿਣ ਲੱਗ ਪੈਂਦੇ ਆ ਹਮ ਸਵੇਰੇ ਅਸੀਂ ਕਹਿੰਦੇ ਸਾਨੂੰ ਸਕੂਨ ਨਹੀਂ ਲੱਭਦਾ